ਸੱਚੀ ਕਾਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਮੇਰਾ ਨਾਮ ਹੈ ਗਗਨਦੀਪ ਸਿੰਘ ਦੋਸਤੋ ਸਭ ਤੋਂ ਪਹਿਲਾਂ ਤਾਂ ਅੱਜ 1 ਜਨਵਰੀ ਹੈ ਤੇ ਨਵੇਂ ਸਾਲ ਦੀ ਨਵੀਂ ਤਰੀਕ ਮਤਲਬ ਕਿ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਤੇ ਦੋਸਤੋ ਜੁਟ ਜਾਓ ਜੇਕਰ ਪ੍ਰੈਪਰੇਸ਼ਨ ਕੀਤੀ ਹੋਈ ਹੈ ਤਾਂ ਅੱਜ ਵਾਲੀ ਜੋ ਇੰਡੀਆ ਜੀਕੇ ਦੀ ਵੀਡੀਓ ਹੈ ਇਸ ਦੇ ਵਿੱਚ ਪਤਾ ਲੱਗ ਜਾਵੇਗਾ 2b ਪੁਆਇੰਟ ਜੋ ਕੁਐਸਚਨ ਵਿੱਚ ਪੁੱਛਿਆ ਜਾਵੇਗਾ ਉਹੀ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ ਕਿਉਂਕਿ ਇਹ ਪੇਪਰਾਂ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਕੁਐਸਚਨ ਹਨ ਉਹੀ ਕੀ ਹੈ ਪੇਪਰਾਂ ਦੇ ਵਿੱਚ ਦੁਬਾਰਾ ਫੇਰ ਆਉਣ ਵਾਲੇ ਬਣ ਸਕਦੇ ਹਨ ਤਾਂ ਦੋਸਤੋ ਕੋਈ ਵੀ ਕੁਐਸਚਨ ਸਕਿੱਪ ਨਾ ਕਰਿਓ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣਾ ਜੇਕਰ ਵਧੀਆ ਲੱਗੀ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਦੇ ਭੈਣਾ ਭਰਾਵਾਂ ਦੋਸਤਾਂ ਮਿੱਤਰਾਂ ਦੇ ਵਿੱਚ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਤਾਂ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਪਹਿਲਾ ਕੁਐਸਚਨ ਕਹਿੰਦਾ ਹੈ ਸੀਨੀਅਰ ਅਸਿਸਟੈਂਟ ਵਾਲਿਆਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵੈਸੇ ਤਾਂ ਸਾਰਿਆਂ ਲਈ ਇੰਪੋਰਟੈਂਟ ਹੈ ਪੰਜਾਬ ਜੀਕੇ ਤੇ ਇੰਡੀਆ ਜੀਕੇ ਬਹੁਤ ਜ਼ਿਆਦਾ ਰੋਲ ਵਧੀਆ ਅਦਾ ਕਰਨ ਵਾਲੀ ਹੈ ਇਹ ਤਾਂ ਦੇਖੋ ਪਹਿਲਾ ਕੁਐਸਚਨ ਕਹਿੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਸ ਇੱਕ ਵਿੱਚ ਰਾਸ਼ਟਰੀ ਰਾਜਮਾਰਗ 6 ਅਤੇ 7 ਇੱਕ ਦੂਸਰੇ ਨੂੰ ਕੱਟਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਨਾਗਪੁਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਡਾਚੀਗਾਮ ਅਭਿਆਰਣ ਭਾਰਤ ਦੇ ਕਿਸ ਰਾਜ ਵਿੱਚ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤਾਂ ਦੋਸਤੋ ਡਾਚੀਗਾਮ ਤੋਂ ਤੁਸੀਂ ਯਾਦ ਰੱਖਣਾ ਜੰਮੂ ਕਸ਼ਮੀਰ ਨੈਕਸਟ ਕੁਐਸਚਨ ਕਹਿੰਦਾ ਹੈ ਕਰਕ ਰੇਖਾ ਕਿਸ ਰਾਜ ਵਿੱਚੋਂ ਹੋ ਕੇ ਗੁਜ਼ਰਦੀ ਹੈ ਤਾਂ ਇੱਥੇ ਬਹੁਤ ਵਧੀਆ ਕੁਐਸਚਨ ਹੈ ਚਾਰਖੰਡ ਦੇ ਵਿੱਚ ਕੀ ਹੈ ਇਹ ਰਾਈਟ ਆਨਸਰ ਆਵੇਗਾ ਉੜੀਸਾ ਲਾਉਂਗੇ ਤਾਂ ਕੀ ਹੈ ਗਲਤ ਹੋ ਜਾਵੇਗਾ ਅਗਲਾ ਕੁਐਸਚਨ ਕਹਿੰਦਾ ਹੈ ਭਾਰਤ ਦੀ ਸਭ ਤੋਂ ਲੰਬੀ ਸੜਕ ਸੁਰੰਗ ਕਿਹੜੀ ਹੈ ਤਾਂ ਜਵਾਹਰ ਸੁਰੰਗ ਦੋਸਤੋ ਕੁਐਸਚਨ ਵਧੀਆ ਲੱਗ ਰਹੇ ਹਨ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਸਾਰਿਆਂ ਤੱਕ ਕੁਐਸਚਨ ਪਹੁੰਚ ਸਕੇ ਅਗਲਾ ਕੁਐਸਚਨ ਕਹਿੰਦਾ ਹੈ ਫੁੱਲਾਂ ਦੀ ਘਾਟੀ ਨਾਲ ਕੀ ਸ ਰਾਜ ਦਾ ਸਬੰਧ ਹੈ ਉੱਤਰਾਖੰਡ ਗਿਰਦਾ ਸੁਰੱਖਿਅਤ ਵਣ ਕਿਉਂ ਪ੍ਰਸਿੱਧ ਹੈ ਗਿਰਦਾ ਜਿਹੜਾ ਹੈ ਏਸ਼ੀਆਈ ਸ਼ੇਰ ਲਈ ਪ੍ਰਸਿੱਧ ਹੈ ਯਾਦ ਰੱਖਣਾ ਹੈ ਕੇਂਦਰ ਵੱਲੋਂ ਸੰਚਾਲਿਤ ਪ੍ਰੋਜੈਕਟ ਟਾਈਗਰ ਯੋਜਨਾ ਕਦੋਂ ਸ਼ੁਰੂ ਹੋਇਆ ਸੀ ਕਦੋਂ ਸ਼ੁਰੂ ਹੋਈ ਸੀ 1973 ਇਹਨਾਂ ਵਿੱਚੋਂ ਕਿਹੜਾ ਰਾਜ ਆਪਣੇ ਸੁੰਦਰ ਸਮੁੰਦਰੀ ਕਿਨਾਰਿਆਂ ਦੇ ਲਈ ਪ੍ਰਸਿੱਧ ਹੈ ਅਤੇ ਸੈਲਾਨੀਆਂ ਦੇ ਲਈ ਘੁੰਮਣ ਫਿਰਨ ਦਾ ਮੁੱਖ ਦਿਲ ਖਿੱਚਵਾ ਕੇਂਦਰ ਹੈ ਗੋਆ ਇਹਨਾਂ ਸੂਚੀਆਂ ਦਾ ਮੇਲ ਕਰੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਸ ਤਰ੍ਹਾਂ ਦਾ ਕੁਐਸਚਨ ਆਵੇਗਾ ਤਾਂ ਤੁਸੀਂ ਟਾਈਮ ਵੇਸਟ ਕਰੋਗੇ ਹੀ ਕਰੋਗੇ ਤਾਂ ਦੋਸਤੋ ਤੁਸੀਂ ਓਨਲੀ ਦੇਖਣਾ ਹੈ ਕਿ ਇਸ ਦੇ ਵਿੱਚ ਆਪਸ਼ਨ ਹਨ ਜਿਸ ਤਰ੍ਹਾਂ ਕਿ ਗੇਅਰ ਹੈ ਗੇਅਰ ਸਾਰਿਆਂ ਨੂੰ ਪਤਾ ਹੋਵੇਗਾ ਕਿ ਗੇਅਰ ਹੈ ਇਸ ਦਾ ਗੇਅਰ ਜੋ ਹੈ ਇਹ ਕਿੱਥੇ ਹੈ ਗੁਜਰਾਤ ਦੇ ਵਿੱਚ ਹੈ ਬਸ ਤੁਸੀਂ ਇੱਕ ਦੇਖਣਾ ਚਾਰ ਦੇਖਣਾ ਹੈ ਇੱਕ ਨੂੰ ਦੇਖੋ ਤੇ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਪੀ ਆਪਸ਼ਨ ਭਾਰਤ ਵਿੱਚ ਰੇਲ ਮਾਰਗ ਦੇ ਸਭ ਤੋਂ ਵੱਡੇ ਚਾਲ ਵਾਲਾ ਕਿਹੜਾ ਰਾਜ ਹੈ ਚਾਲ ਨਹੀਂ ਇੱਥੇ ਜਾਲ ਹੋਵੇਗਾ ਜਾਲ ਵਾਲਾ ਕਿਹੜਾ ਰਾਜ ਹੈ ਯੂਪੀ ਸਭ ਤੋਂ ਵੱਧ ਪਪੂਲੇਸ਼ਨ ਇੱਥੇ ਹੈ ਉੱਤਰ ਪੱਛਮੀ ਰੇਲਵੇ ਦਾ ਮੁੱਖ ਆਫਿਸ ਦਫ਼ਤਰ ਕਿੱਥੇ ਹੈ ਜੈਪੁਰ ਭਾਰਤ ਦਾ ਸਭ ਤੋਂ ਵੱਡਾ ਰੇਲਵੇ ਵੱਡਾ ਰੇਲਵੇ ਪਲੇਟਫਾਰਮ ਕਿੱਥੇ ਹੈ ਖੜਗਪੁਰ ਸੰਸਾਰ ਦੀ ਸਭ ਤੋਂ ਉੱਚੀ ਸੜਕ ਕਿੱਥੇ ਹੈ ਲਦਾਖ ਜੀਰਸਾ ਸੂਰੀ ਵੱਲੋਂ ਬਣਾਇਆ ਗ੍ਰਾਂਟ ਟ੍ਰਾਂਕ ਰੋਡ ਪਹਿਲਾ ਪਹਿਲਾ ਕਲਕੱਤਾ ਨੂੰ ਕਿੱਥੋਂ ਤੱਕ ਜੋੜਦਾ ਸੀ ਪੇਸ਼ਾਵਰ ਭਾਰਤ ਦੀ ਸਭ ਤੋਂ ਤੇਜ਼ ਗਤੀ ਵਾਲੀ ਗੱਡੀ ਹੈ ਸਤਾਪਦੀ ਐਕਸਪ੍ਰੈਸ ਹੇਠ ਲਿਖਿਆਂ ਰਾਜਾਂ ਵਿੱਚੋਂ ਕਿਹੜੇ ਰਾਜ ਨੂੰ ਭਾਰਤ ਦਾ ਬਾਗ ਰਾਜ ਕਿਹਾ ਜਾਂਦਾ ਹੈ ਮੱਧ ਪ੍ਰਦੇਸ਼ ਭਾਰਤ ਵਿੱਚ ਪਹਿਲਾ ਜੈਵ ਮੰਡਲੀਆ ਆਰਥੀ ਆਰਥਿਕ ਖੇਤਰ ਕਿੱਥੇ ਸਥਾਪਿਤ ਕੀਤਾ ਗਿਆ ਨੀਲਗਿਰੀ 8 ਲਿਖਿਆਂ ਨੂੰ ਸਹੀ ਟੰਗ ਨਾ ਮਿਲਾਓ ਜਵਾਲਾ ਨਹਿਰੂ ਹਵਾਈ ਅੱਡਾ ਇਹ ਮੁੰਬਈ ਦੇ ਵਿੱਚ ਹੈ ਤਾਂ ਇੱਥੇ ਕੀ ਹੋ ਜਾਵੇਗਾ ਦੋ ਦੇਖਣਾ ਹੈ ਤਾਂ ਇਹਨਾਂ ਦੋ ਆਪਸ਼ਨਾਂ ਦੇ ਵਿੱਚੋਂ ਕੀ ਹੈ ਤੁਸੀਂ ਦੇਖਣਾ ਹੈ ਬੀ ਦਾ ਤਿੰਨ ਸੀ ਦਾ ਕੀ ਹੈ ਡਿਫਰੈਂਟ ਹੈ ਏ ਕ ਤੇ ਚਾਰ ਹੈ ਤਾਂ ਸੀ ਇੰਦਰਾ ਗਾਂਧੀ ਸਾਰਿਆਂ ਨੂੰ ਪਤਾ ਹੈ ਦਿੱਲੀ ਦੇ ਵਿੱਚ ਤਾਂ ਇਸ ਦਾ ਆਨਸਰ ਕੀ ਹੋ ਜਾਵੇਗਾ ਬੀ ਆਪਸ਼ਨ ਹੋ ਜਾਵੇਗੀ ਨੈਕਸਟ ਕੁਐਸਚਨ ਕਹਿੰਦਾ ਹੈ ਭਾਰਤ ਦੀ ਸਭ ਤੋਂ ਲੰਬੀ ਯਾਤਰਾ ਕਿਹੜੀ ਰੇਲਗੱਡੀ ਕਰਦੀ ਹੈ ਹਿਮਸਾਗਰ ਐਕਸਪ੍ਰੈਸ ਭਾਰਤ ਵਿੱਚ ਸਭ ਤੋਂ ਪਹਿਲਾਂ ਰੇਲ ਮੁੰਬਈ ਤੋਂ ਥਾਣੀ ਤੱਕ ਚੱਲੀ ਇਹ ਕਿਹੜੇ ਸਾਲ ਵਿੱਚ ਚਲਾਈ ਗਈ ਸੀ 16 April 1853 1853 ਸਾਰਿਆਂ ਨੂੰ ਯਾਦ ਹੋਵੇਗਾ ਬਟ 16 April ਕਿਸੇ ਕਿਸੇ ਨੂੰ ਯਾਦ ਹੁੰਦਾ ਹੈ Indian Military Academy Academy IMA ਕਿੱਥੇ ਸਥਿਤ ਹੈ ਡੇਰਾਦੂਨ ਗ੍ਰੈਂਡ ਟ੍ਰੰਕ ਰੋਡ ਇਹਨਾਂ ਵਿੱਚੋਂ ਕਿਹਨਾਂ ਨੂੰ ਜੋੜਦਾ ਹੈ ਤਾਂ ਇੱਥੇ ਹੈ ਕਲਕੱਤਾ ਅਤੇ ਅੰਮ੍ਰਿਤਸਰ ਨੂੰ ਜੋੜਦਾ ਹੈ ਕਲਕੱਤਾ ਤੋਂ ਪੇਸ਼ਾਵਰ ਤੱਕ ਜੋ ਆਜ਼ਾਦ ਭਾਰਤ ਤੋਂ ਪਹਿਲਾਂ ਦਾ ਭਾਰਤ ਸੀ ਉਹ ਪਸ਼ਾਵਰ ਤੱਕ ਸੀ ਬੱਟ ਹੋਣ ਕਲਕੱਤਾ ਤੋਂ ਅੰਮ੍ਰਿਤਸਰ ਤੱਕ ਗ੍ਰੈਂਡ ਟ੍ਰਾਂਕ ਰੂਟ ਜੋੜਦਾ ਹੈ ਮਤਲਬ ਕੀ ਹੈ ਆਜ਼ਾਦ ਭਾਰਤ ਦੀ ਗੱਲ ਕਰੀਏ ਤਾਂ ਸ਼੍ਰੀ ਹਰਕੋਟਾ ਕਿੱਥੇ ਹੈ ਆਂਧਰਾ ਪ੍ਰਦੇਸ਼ ਦੋਸਤੋ ਵਧੀਆ ਲੱਗੀ ਵੀਡੀਓ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰੀ ਬਾਗ ਰਾਸ਼ਟਰੀ ਉਦਯਾਨ ਕਿੱਥੇ ਸਥਿਤ ਹੈ ਝਾਰਖੰਡ ਵਿੱਚ ਹੀਟ ਲਿਖਿਆਂ ਨੂੰ ਸਮਿਲਿਤ ਮਿਲਾਨ ਕਰੋ ਕਾਜੀ ਰੰਗਾ ਇੱਕ ਸਿੰਘ ਵਾਲਾ ਦਰਿਆਈ ਕੋੜਾ ਚਾਰ ਦੇਖੋ ਇੱਥੇ ਤਾਂ ਬੀ ਇੱਥੇ ਕੀ ਆ ਜਾਵੇਗਾ ਲਾਸਟ ਵਾਲਾ ਪੇਰੀਆਰ ਕਿੱਥੇ ਹੈ ਇਹ ਸੌਰੀ ਜੰਗਲੀ ਹਾਥੀ ਲਈ ਹੈ ਤਾਂ ਇੱਕ ਤਾਂ ਇੱਥੇ ਕੀ ਆ ਗਿਆ ਸੀ ਆਪਸ਼ਨ ਰਾਈਟ ਬਣ ਗਈ ਸਭ ਤੋਂ ਵੱਡਾ ਗੁਫਾ ਮੰਦਰ ਕਿੱਥੇ ਹੈ ਲੋਰਾ ਭਾਰਤ ਵਿੱਚ ਕੁੱਲ ਰਾਸ਼ਟਰੀ ਰਾਜਮਾਰਗ ਮਾਰਗਾਂ ਦੀ ਸੰਖਿਆ ਕਿੰਨੀ ਹੈ 172 ਪੁੱਛਾਲ ਦਾ ਕਾਰਨ ਹੈ ਕੁ ਉਪਰ ਪੱਟੀ ਦੀਆਂ ਪਰਤਾਂ ਦਾ ਸਮਾਜੋਜਨ ਮਕਰ ਸੰਕ્રાंति ਨੂੰ ਸੂਰਜ ਦੀਆਂ ਕਿਰਨਾਂ ਲੰਬਤ ਪੈਂਦੀਆਂ ਹਨ ਸਮ ਮਕਰ ਸੰਕਰਾਂਤੀ ਨੂੰ ਪੈਂਦੀਆਂ ਹਨ ਮਕਰ ਰೇಖਾ ਤੇ ਕਰਕ ਸੰਕਰਾਂਤੀ ਦੇ ਦਿਨ ਲਿਖੇ ਕਿਹੜੇ ਅਕਸ਼ਾਂਸ਼ ਤੇ ਸਭ ਤੋਂ ਲੰਬੀ ਰਾਤ ਹੋਵੇਗੀ ਤਾਂ ਸਭ ਤੋਂ ਲੰਬੀ ਰਾਤ 66 ਡਿਗਰੀ ਉੱਤਰ ਸੂਰਜੇ ਤੋਂ ਪ੍ਰithvi ਤੱਕ ਪ੍ਰਕਾਸ਼ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ 8 ਮਿੰਟ ਅਤੇ 30 ਸੈਕਿੰਡ ਦਰਿਆ ਦੁਆਰਾ ਜਾਂ ਦਰਿਆਵਾਂ ਦੁਆਰਾ ਰੇਹਂਦ ਖੂਂਦ ਇਕੱਠੀ ਕਰਕੇ ਲਿਆਂਦੀ ਮਿੱਟੀ ਨੂੰ ਕੀ ਕਹਿੰਦੇ ਹਨ ਲੋਡ ਮਿੱਟੀ ਪਹਿਲਾ ਦੇ ਜਿੱਥੇ ਕੇਲੇ ਦੀ ਫਸਲ ਕੀਤੀ ਗਈ ਜਮਾਇਕਾ ਹਰੀ ਖਾਤੋ ਕੀ ਭਾਵ ਹੈ ਲੈਂਗੂਮੀਨੀਅਸ ਫਸਲਾਂ ਲਗਾਉਣਾ ਅਤੇ ਖੇਤ ਵਿੱਚ ਵਹਾਉਣਾ ਯਾਦੇ ਪੌਦੇ ਦੇ ਕਿਸ ਹਿੱਸੇ ਤੋਂ ਚਾਹ ਪੱਤੀ ਤਿਆਰ ਕਰਦੇ ਹਨ ਪੱਤਿਆਂ ਤੋਂ ਖੁਸ਼ਕ ਖੇਤੀ ਤੋਂ ਕੀ ਭਾਵ ਹੈ ਸंचाई ਤੋਂ ਬਿਨਾ ਖੇਤੀ ਦਾ ਤਰੀਕਾ ਧਰਤੀ ਦਾ ਉਪਜਾਊਪਣ ਬਣਾਈ ਰੱਖਣ ਲਈ ਆਮ ਤੌਰ ਤੇ ਕਿਹੜੀ ਫਸਲ ਬੀਜੀ ਜਾਂਦੀ ਹੈ ਦਾਲਾਂ ਕਿਹੜਾ ਦੇਸ਼ ਚਾਵਲ ਦਾ ਸਭ ਤੋਂ ਵੱਡਾ ਉਤਪਾਦਕ ਹੈ ਚੀਨ ਕਿਹੜੀ ਨਹਿਰ ਸੰਸਾਰ ਦੀ ਸਭ ਤੋਂ ਵੱਡੀ ਸਚਾਈ ਕਰਨ ਵਾਲੀ ਨਹਿਰ ਹੈ ਇੰਦਰਾ ਗਾਂਧੀ ਕਨਾਲ ਕਿਹੜਾ ਦੇਸ਼ ਰਬੜ ਦੀ ਖੇਤੀ ਵਿੱਚ ਸਭ ਤੋਂ ਅੱਗੇ ਹੈ ਮਲੇਸ਼ੀਆ ਹੀਟ ਲਿਖੇ ਦਾ ਮਿਲਾਨ ਕਰੋ ਕਾਫੀ ਬ੍ਰਾਜ਼ੀਲ 2 ਨੰਬਰ ਦੇਖਿਆ ਸਿੱਧਾ ਆਨਸਰ ਲਾਇਆ ਹੇਠ ਲਿਖਿਆਂ ਵਿੱਚੋਂ ਟ੍ਰੋਪੀਕਲ ਮੌਨਸੂਨ ਫਸਲ ਕਿਹੜੀ ਹੈ ਟ੍ਰੋਪੀਕਲ ਮੌਨਸੂਨ ਫਸਲ ਕਿਹੜੀ ਹੈ ਡੁੰਗ ਜੜਾਂ ਵਾਲੀਆਂ ਫਸਲਾਂ ਉਗਾਉਣ ਲਈ ਕਿਹੜੀ ਮਿੱਟੀ ਉਪਜੋਗੀ ਹੈ ਜੋ ਏ ਕੁਐਸਚਨ ਹੈ ਇਹ ਆਪਾਂ ਰੱਖਦੇ ਆਂ ਡਾਊਟ ਦੇ ਵਿੱਚ ਕਿਉਂਕਿ ਇਸ ਦੇ ਵਿੱਚ ਬਹੁਤ ਜ਼ਿਆਦਾ ਡਾਊਟ ਹੈ ਇਸ ਕੁਐਸਚਨ 'ਚ ਡੁੱਗੀਆਂ ਜੜਾਂ ਵਾਲੀਆਂ ਫਸਲਾਂ ਉਗਾਉਣ ਲਈ ਕਿਹੜੀ ਮਿੱਟੀ ਉਪਯੋਗੀ ਹੈ ਜਲੋੜ ਮਿੱਟੀ ਹੇਠ ਲਿਖਿਆਂ ਵਿੱਚੋਂ ਕਿਹੜੀ ਮਿੱਟੀ ਆਪਣੇ ਵਿੱਚ ਨਮੀ ਸੋਖ ਕੇ ਰੱਖ ਸਕਦੀ ਹੈ ਤੇ ਖੁਸ਼ਕ ਸਮੇਂ ਦੌਰਾਨ ਇਹ ਨਮੀ ਪੌਦਿਆਂ ਨੂੰ ਦਿੰਦੀ ਹੈ ਕਾਲੀ ਮਿੱਟੀ ਮਿੱਟੀ ਜਿਸ ਵਿੱਚ ਰੇਤ ਚਿਕਨਾਈ ਅਤੇ ਟੁੱਟ ਭੱਜ ਹੁੰਦੀ ਹੈ ਲੋਮੀ ਮਿੱਟੀ ਸੰਸਾਰ ਦੀ ਸਭ ਤੋਂ ਵੱਧ ਖੰਡ ਮਿਲਦੀ ਹੈ ਕਿਊਬਾ ਸੰਘਣੀ ਵਸੋਂ ਵਾਲੇ ਖੇਤਰ ਵਿੱਚ ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਸੰਗਣੀ ਵਸੋਂ ਵਾਲੇ ਖੇਤ ਵਿੱਚ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਵਪਾਰਕ ਖੇਤੀ ਸਬਸਿਸਟੈਂਸ ਫਾਰਮਿੰਗ ਸਬਸਿਸਟੈਂਸ ਖੇਤੀ ਦਾ ਮੁੱਖ ਉਦੇਸ਼ ਹੈ ਕਿਸਾਨ ਅਤੇ ਉਸ ਦੇ ਪਰਿਵਾਰ ਲਈ ਅਨਾਜ ਹੇਠ ਲਿਖਿਆਂ ਵਿੱਚੋਂ ਕਿਹੜੀ ਕੈਸ਼ ਕ੍ਰੌਪ ਹੈ ਬਹੁਤ ਇੰਪੋਰਟੈਂਟ ਕੁਛ ਨਾ ਤਾਂ ਇੱਥੇ ਆਨਸਰ ਆਵੇਗਾ ਰਬੜ ਤੇ ਦੂਜੀ ਕਿਹੜੀ ਹੁੰਦੀ ਹੈ ਗੰਨਾ ਇਹ ਦੋ ਹੀ ਪੇਪਰ 'ਚ ਪੁੱਛੇ ਜਾਂਦੇ ਹਨ ਗੰਨਾ ਤੇ ਰਬੜ ਸੰਸਾਰ ਵਿੱਚ ਕੌਫੀ ਦਾ ਸਭ ਤੋਂ ਵੱਡਾ ਉਤਪਾਦਕ ਜੋ ਕਿ ਅੱਜ ਦਾ ਲਾਸਟ ਕੁਐਸਚਨ ਹੈ ਤਾਂ ਕੌਫੀ ਦਾ ਸਭ ਤੋਂ ਵੱਡਾ ਉਤਪਾਦਕ ਬ੍ਰਾਜ਼ੀਲ ਤਾਂ ਦੋਸਤੋ ਤੁਹਾਡੇ ਇਸ ਦੇ ਵਿੱਚੋਂ ਕਿੰਨੇ ਸਹੀ ਹੋਏ ਤਾਂ ਇਹ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਤਾਂ ਜੋ ਪਤਾ ਲੱਗ ਸਕੇ ਤੁਹਾਡਾ ਵੀ ਤੁਹਾਨੂੰ ਵੀ ਕੇ ਅਨਲਿਸਿਸ ਹੋ ਗਿਆ ਤੇ ਕਿੰਨੀ ਕੁ ਤਿਆਰੀ ਹੈ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ